ਡੇਲੀ ਪੋਸਟ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਬਠਿੰਡਾ ਵਿੱਚ ਮਾਨਵਤਾ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਵਾਪਰੀ ਹੈ। ਇਸ ਘਟਨਾ ਦੇ ਤਹਿਤ ਅੱਜ ਦੋ ਨਵਜਨਮੀਆਂ ਬੱਚੀਆਂ ਨੂੰ ਉਹਨਾਂ ਦੇ ਜਨਮ ਤੋਂ ਕੁਝ ਘੰਟੇ ਬਾਅਦ ਹੀ ਨਹਿਰ ਵਿੱਚ ਵਹਾ ਦਿੱਤਾ ਗਿਆ ਔਰ ਇਸ ਪੂਰੇ ਕਾਰੇ ਨੂੰ ਅੰਜਾਮ ਦਿੱਤਾ ਉਹਨਾਂ ਬੱਚਿਆਂ ਦੀ ਨਾਨੀ ਨੇ। ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਹੈ, ਇੱਕ ਵਾਰ ਫਿਰ ਸਿੱਧ ਕੀਤਾ ਬਠਿੰਡਾ ਵਿੱਚ ਵਾਪਰੀ ਇਸ ਸ਼ਰਮਨਾਕ ਵਾਰਦਾਤ ਨੇ। ਬਠਿੰਡਾ ਦੇ ਇਸ ਨਿੱਜੀ ਹਸਪਤਾਲ ਵਿੱਚ ਬੀਤੇ ਕੱਲ੍ਹ ਚੱਕ ਅਤਰ ਸਿੰਘ ਵਾਲਾ ਦੀ ਰਹਿਣ ਵਾਲੀ ਅਮਨਦੀਪ ਨੇ ਦੋ ਜੌੜੀਆਂ ਧੀਆਂ ਨੂੰ ਜਨਮ ਦਿੱਤਾ। ਧੀਆਂ ਜੌੜੀਆਂ ਸਨ ਅਤੇ ਸੱਤ ਮਾਹਾਂ ਵੀ ਸਨ, ਇਸ ਕਰਕੇ ਡਾਕਟਰਾਂ ਨੇ ਮਸ਼ੀਨ ਵਿੱਚ ਰੱਖਣ ਦੀ ਸਲਾਹ ਦਿੱਤੀ। ਪਰ ਅਜਿਹੇ ਨਾਜ਼ੁਕ ਮੌਕੇ 'ਤੇ ਇਹਨਾਂ ਦੋਵਾਂ ਮਾਸੂਮ ਬੱਚਿਆਂ ਲਈ ਉਹਨਾਂ ਦੀ ਸਕੀ ਨਾਨੀ ਮਲਕੀਤ ਕੌਰ ਮੌਤ ਬਣ ਕੇ ਆਈ। ਇਹੀ ਨਹੀਂ, ਇਸ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੇ ਕਾਰੇ ਵਿੱਚ ਸਾਥ ਦਿੱਤਾ ਕਲਜ਼ੂਗੀ ਕੰਸ ਮਾਮੇ ਬਲਜਿੰਦਰ ਸਿੰਘ ਨੇ। ਇਹਨਾਂ ਨੇ ਬੇਰਹਿਮੀ ਨਾਲ ਦੋਵਾਂ ਬੱਚਿਆਂ ਨੂੰ ਕੁਝ ਘੰਟੇ ਬਾਅਦ ਹੀ ਇੱਕ ਲਿਫਾਫੇ ਵਿੱਚ ਪਾਇਆ ਅਤੇ ਬਠਿੰਡਾ ਦੀ ਸਰਹੰਦ ਨਹਿਰ ਵਿੱਚ ਰੋੜ ਦਿੱਤਾ। ਇਹਨਾਂ ਦੀ ਇਹ ਪੂਰੀ ਕਰਤੂਤ ਹਸਪਤਾਲ ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ। ਜਿਵੇਂ ਹੀ ਇਸ ਪੂਰੇ ਮਾਮਲੇ ਦਾ ਪੁਲਿਸ ਅਤੇ ਸਿਹਤ ਵਿਭਾਗ ਅਤੇ ਬਾਲ ਰੱਖਿਆ ਵਿਭਾਗ ਨੂੰ ਪਤਾ ਲੱਗਾ ਤਾਂ ਇਹਨਾਂ ਦੀਆਂ ਟੀਮਾਂ ਮੌਕੇ 'ਤੇ ਪੁੱਜ ਗਈਆਂ। ਪੁਲਿਸ ਦੀ ਟੀਮ ਨੇ CCTV ਰਿਕਾਰਡਿੰਗ ਖੰਗਾਲਣ ਤੋਂ ਬਾਅਦ ਜਿਵੇਂ ਹੀ ਮਲਕੀਤ ਕੌਰ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਸਭ ਉਗਲ ਦਿੱਤਾ। ਇਹ ਵੀ ਦੱਸਿਆ ਕਿ ਉਹ ਬੱਚਿਆਂ ਦੀ ਮਾਂ ਨੂੰ ਇਹ ਦੱਸ ਕੇ ਲੈ ਗਈ ਸੀ ਕਿ ਉਹਨਾਂ ਦਾ ਕਿਤੇ ਹੋਰ ਇਲਾਜ ਕਰਵਾਉਣਾ ਹੈ। ਅਤੇ ਫਿਰ ਜਦੋਂ ਪੁਲਿਸ ਵੱਲੋਂ ਪੁੱਛਗਿੱਛ ਸ਼ੁਰੂ ਕੀਤੀ ਗਈ ਤਾਂ ਪੁਲਿਸ ਦੀ ਟੀਮ ਨੂੰ ਮੌਕੇ 'ਤੇ ਲਿਜਾ ਕੇ ਇਹ ਵੀ ਵਿਖਾ ਦਿੱਤਾ ਕਿ ਉਸਨੇ ਕਿੱਥੇ ਅਤੇ ਕਿਵੇਂ ਬੱਚਿਆਂ ਨੂੰ ਨਹਿਰ ਵਿੱਚ ਸੁੱਟਿਆ। ਸਾਨੂੰ ਹੋਸਪਿਟਲ ਗਗਨ ਹੋਸਪਿਟਲ ਹੈ ਨਿਰਵਾਣ ਸਟੇਟ, ਉਹਦੇ ਵਿੱਚੋਂ ਸਾਨੂੰ ਇਹ ਜਾਣਕਾਰੀ ਮਿਲੀ ਸੀਗੀ ਕਿ ਕੱਲ੍ਹ ਦੁਪਹਿਰ ਨੂੰ ਇੱਕ ਲੜਕੀ ਹੈ ਅਮਨਦੀਪ ਕੌਰ, ਉਸਨੇ ਦੋ ਬੱਚੀਆਂ ਨੂੰ ਜੋੜੀਆਂ ਬੱਚੀਆਂ ਨੂੰ ਜਨਮ ਦਿੱਤਾ ਹੈ ਅਤੇ ਉਹ ਲੜਕੀਆਂ ਪ੍ਰੀ ਮੈਚਿਓਰ ਸੀਗੀਆਂ ਅਤੇ ਕੱਲ੍ਹ ਸ਼ਾਮ ਤੱਕ ਲਗਭਗ ਕੱਲ੍ਹ 12-1 ਵਜੇ ਡਿਲੀਵਰੀ ਹੋਈ ਹੈ ਅਤੇ ਕੱਲ੍ਹ ਸ਼ਾਮ 8 ਵਜੇ ਤੱਕ ਜਿਹੜੀਆਂ ਛੋਟੀਆਂ ਦੋ ਬੱਚੀਆਂ ਸੀਗੀਆਂ ਹੋਸਪਿਟਲ ਦੇ ਵਿੱਚ ਹੀ ਮੌਜੂਦ ਸੀਗੀਆਂ। ਪਰ ਉਸ ਤੋਂ ਬਾਅਦ ਉਹਨਾਂ ਦੇ ਸਟਾਫ ਨੇ ਦੇਖਿਆ ਕਿ ਉਹ ਲੜਕੀਆਂ ਜਿਹੜੀਆਂ ਬੱਚੀਆਂ ਛੋਟੀਆਂ ਨੇ ਉਹ ਹੋਸਪਿਟਲ ਮੌਜੂਦ ਨਹੀਂ ਹੈਗੀਆਂ, ਤਾਂ ਇਸ ਬਾਰੇ ਜਦੋਂ ਉਹਨਾਂ ਨੇ ਲੜਕੀ ਦੀ ਮਾਤਾ ਤੋਂ ਪੁੱਛਗਿੱਛ ਕੀਤੀ ਤਾਂ ਉਹ ਮਾਤਾ ਕੋਈ ਜ਼ਿਆਦਾ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੀ ਅਤੇ ਉਹਨਾਂ ਨੇ ਇਹ ਕਿਹਾ ਕਿ ਉਹ ਅਸੀਂ ਸਾਡੇ ਰਿਸ਼ਤੇਦਾਰਾਂ ਦੇ ਘਰੇ ਨੇ ਅਤੇ ਉਹ ਸਵੇਰੇ ਬੱਚੀਆਂ ਛੋਟੀਆਂ ਵਾਪਸ ਅਸੀਂ ਲੈ ਆਵਾਂਗੇ ਉਹਨਾਂ ਨੂੰ। ਸਵੇਰੇ ਜਦੋਂ ਹੋਸਪਿਟਲ ਵਾਲੇ ਨੇ ਫਿਰ ਪੁੱਛਗਿੱਛ ਕੀਤੀ ਤਾਂ ਉਹ ਫਿਰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਤਾਂ ਫਿਰ ਉਹਨਾਂ ਨੇ ਜਿਹੜਾ ਮਾਮਲਾ ਹੈ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਅਤੇ ਪੁਲਿਸ ਨੇ ਜਦੋਂ ਉਸ ਲੜਕੀ ਨੂੰ ਉਸਦੀ ਮਾਂ ਨੂੰ ਅਤੇ ਉਸਦੇ ਭਰਾ ਨੂੰ ਥੋੜ੍ਹਾ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਰਾਤ ਨੂੰ 8 ਅਤੇ 9 ਦੇ ਦਰਮਿਆਨ ਉਹਨਾਂ ਨੇ ਉਹ ਦੋ ਛੋਟੀਆਂ ਬੱਚੀਆਂ ਨੂੰ ਹੋਸਪਿਟਲ ਤੋਂ ਲਿਜਾ ਕੇ ਜਿਹੜੀ ਸਰਹੰਦ ਨਹਿਰ ਹੈ ਉਹਦੇ ਵਿੱਚ ਉਹਨਾਂ ਨੂੰ ਸਿੱਟ ਦਿੱਤਾ ਹੈ ਅਤੇ ਜਿਹਦੇ ਕਰਕੇ ਬੱਚਿਆਂ ਦੀ ਸੰਭਾਵਨ ਤੌਰ 'ਤੇ ਮੌਤ ਹੋ ਚੁੱਕੀ ਹੋਊਗੀ ਅਤੇ ਇਸ ਕਰਕੇ ਜਿਹੜੀ ਉਹ ਲੜਕੀ ਦੀ ਮਦਰ ਹੈਗੀ ਹੈ ਮਲਕੀਤ ਕੌਰ ਅਤੇ ਲੜਕੀ ਦਾ ਜਿਹੜਾ ਬ੍ਰਦਰ ਹੈ ਬਲਜਿੰਦਰ ਸਿੰਘ ਇਹਨਾਂ ਦੋਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਕੀਤੀ ਜਾਊ। ਇਹ ਅਮਨਦੀਪ ਕੌਰ ਨੇ ਸਾਨੂੰ ਦੱਸਿਆ ਕਿ ਉਸਦੀਆਂ ਦੋ ਲੜਕੀਆਂ ਪਹਿਲਾਂ ਵੀ ਹੈਗੀਆਂ ਨੇ 11 ਸਾਲ ਦੀ ਅਤੇ 1-3 ਸਾਲ ਦੀ ਅਤੇ ਲੱਗਦਾ ਹੈ ਕਿ ਜਦੋਂ ਘਰ ਦੇ ਵਿੱਚ ਦੋ ਬੱਚੀਆਂ ਹੋਰ ਨੇ ਜਨਮ ਲਿਆ ਤਾਂ ਲੜਕੀ ਦੀ ਜਿਹੜੀ ਮਦਰ ਹੈ ਅਤੇ ਬ੍ਰਦਰ ਹੈ ਉਹਨਾਂ ਨੂੰ ਇਹ ਗੱਲ ਜ਼ਿਆਦਾ ਪਸੰਦ ਨਹੀਂ ਆਈ, ਇਸ ਕਰਕੇ ਹੋ ਸਕਦਾ ਉਹਨਾਂ ਨੇ ਇਹ ਐਕਸਟ੍ਰੀਮ ਸਟੈਪ ਲਿਆ। ਇਹ ਵੈਸੇ ਹਜੇ ਜਾਂਚ ਦਾ ਵਿਸ਼ਾ ਪਰ ਮੁੱਢਲੀ ਜਾਂਚ ਤੋਂ ਇਹ ਲੱਗ ਰਿਹਾ ਹੈ ਕਿ ਸ਼ਾਇਦ ਉਹ ਲੜਕੀ ਨੂੰ ਨਹੀਂ ਸੀ ਪਤਾ।
ਡਾਕਟਰ ਸਾਡੇ ਨਾਲ ਪੂਰੇ ਤਰੀਕੇ ਨਾਲ ਕੋਆਪਰੇਟ ਕਰ ਰਹੇ ਨੇ, ਉਹਨਾਂ ਨੇ ਹੀ ਸਾਨੂੰ ਇਹ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ। ਅਤੇ ਜਦੋਂ ਬੱਚੀਆਂ ਨੂੰ ਉੱਥੋਂ ਲੈ ਕੇ ਵੀ ਗਏ, ਉਹਦੇ ਲੜਕੀ ਬੱਚੀਆਂ ਦੇ ਨਾਨੀ ਅਤੇ ਮਾਮਾ, ਤਾਂ ਉਹਨਾਂ ਨੇ ਇਹ ਦੱਸਿਆ ਕਿ ਇਹ ਬੱਚੀਆਂ ਕਿਉਂਕਿ ਪ੍ਰੀ ਮੈਚਿਓਰ ਸੀਗੀਆਂ ਤਾਂ ਅਸੀਂ ਇਹਨਾਂ ਨੂੰ ਆਪਦੇ ਕਿਸੇ ਰਿਸ਼ਤੇਦਾਰ ਕੋਲ ਲੈ ਕੇ ਜਾ ਰਹੇ ਹਾਂ, ਕੋਈ ਉਹ ਥੋੜ੍ਹਾ ਬਹੁਤਾ ਕੋਈ ਕਿਸੇ ਤਰੀਕੇ ਦਾ ਕੋਈ ਦੇਸੀ ਇਲਾਜ ਵਗੈਰਾ ਕਰਵਾਉਣ ਵਾਸਤੇ। ਅਤੇ ਫਿਰ ਹੋਸਪਿਟਲ ਵਾਲੇ ਉਹਨਾਂ ਤੋਂ ਇਸ ਗੱਲ ਨੂੰ ਲਿਖਤੀ ਲਿਆ, ਅਤੇ ਸਵੇਰੇ ਜਦੋਂ ਫਿਰ ਉਹਨਾਂ ਨੇ ਪੁੱਛਗਿੱਛ ਕੀਤੀ ਅਤੇ ਇਮੀਡੀਏਟਲੀ ਹੋਸਪਿਟਲ ਨੇ ਸਾਡੇ ਧਿਆਨ ਦੇ ਵਿੱਚ ਮਾਮਲਾ ਲਿਆ। ਇਹ ਜਾਂਚ ਹਜੇ ਚੱਲ ਰਹੀ ਹੈ ਜੀ, ਉਸ ਤੋਂ ਪਹਿਲਾਂ ਮੈਂ ਕਿਸੇ ਵੱਲ ਬਿਨਾਂ ਗੱਲ ਤੋਂ ਉਂਗਲੀ ਨਹੀਂ ਉਠਾਉਣੀ ਚਾਹੂੰਗਾ। ਜਾਂਚ ਦੇ ਵਿੱਚ ਜਿਹਨੂੰ ਵੀ ਕੋਈ ਦੋਸ਼ੀ ਪਾਇਆ ਜਾਊਗਾ ਉਹ 'ਤੇ ਬਕਾਇਦਾ ਕਾਰਵਾਈ ਕੀਤੀ ਜਾਊਗਾ। ਘਰ ਵਾਲੇ ਨੂੰ ਇਹ ਪਤਾ ਸੀਗਾ ਕਿ ਉਸਦੀ ਵਾਈਫ ਨੇ ਦੋ ਬੱਚੀਆਂ ਨੂੰ ਜਨਮ ਦਿੱਤਾ, ਅਤੇ ਜਨਮ ਹੋਣ ਤੋਂ ਬਾਅਦ ਉਹ ਆਪਣੇ ਪਿੰਡ ਜਿਹੜਾ ਵਾਪਸ ਚਲਾ ਗਿਆ ਸੀਗਾ, ਅਤੇ ਉਸਨੂੰ ਇਸ ਘਟਨਾ ਬਾਰੇ ਹਜੇ ਤੱਕ ਜੋ ਜਾਂਚ ਦੇ ਵਿੱਚ ਗੱਲ ਸਾਹਮਣੇ ਆਈ ਕਿ ਉਸਨੂੰ ਇਸ ਘਟਨਾ ਬਾਰੇ ਜਾਣਕਾਰੀ ਨਹੀਂ ਸੀਗੀ। ਉਹ ਇਮੀਡੀਏਟਲੀ ਬਰਥ ਤੋਂ ਬਾਅਦ ਆਪਣੇ ਪਿੰਡ ਵਾਪਸ ਚਲਾ ਗਿਆ ਸੀ ਦੁਪਹਿਰੇ। ਹੁਣ ਗੱਲ ਕਰੀਏ ਇਸ ਨਿੱਜੀ ਹਸਪਤਾਲ ਦੀ। ਸਵਾਲ ਹਸਪਤਾਲ ਦੀ ਕਾਰਗੁਜ਼ਾਰੀ 'ਤੇ ਵੀ ਖੜ੍ਹੇ ਹੁੰਦੇ ਨੇ ਕਿ ਨਵਜਨਮੇ ਬੱਚਿਆਂ ਨੂੰ ਇਸ ਤਰ੍ਹਾਂ ਬੇਰਹਿਮੀ ਨਾਲ ਲਿਫਾਫੇ ਵਿੱਚ ਪਾ ਕੇ ਕਿਵੇਂ ਲੈ ਜਾਣ ਦਿੱਤਾ, ਹਾਲਾਂਕਿ ਇੱਥੇ ਡਾਕਟਰ ਆਪਣੀ ਸਫਾਈ ਦਿੰਦੇ ਨਜ਼ਰ ਆਏ। ਅਤੇ ਉਹਦੇ ਦੋ ਜੁੜਵਾ ਬੱਚੀਆਂ ਪੈਦਾ ਹੋਈਆਂ ਸੀ, ਅਤੇ ਪਹਿਲੀ ਬੱਚੀ 1 ਕਿਲੋ ਦੀ ਸੀਗੀ, ਦੂਸਰੀ ਬੱਚੀ 600 ਗ੍ਰਾਮ ਦੀ ਸੀ। ਡਿਲੀਵਰੀ ਕਿਉਂਕਿ ਪਹਿਲਾਂ ਤੋਂ ਹੀ ਪਤਾ ਸੀਗਾ ਆਪਾਂ ਨੂੰ ਕਿ ਬੱਚੇ ਕਮਜ਼ੋਰ ਹੈ, ਅਤੇ ਆਪਾਂ ਬੱਚਿਆਂ ਦੇ ਡਾਕਟਰ ਬੁਲਾ ਲਏ ਸੀਗੇ। ਬੱਚੇ ਉਹਨਾਂ ਨੇ ਨਾਲ ਦੀ ਨਾਲ ਐਗਜ਼ਾਮਿਨ ਕਰ ਲਏ ਸੀ। ਬੱਚੇ ਵੈਸੇ ਰੋ ਰਹੇ ਸੀਗੇ, ਪਰ ਦਾਖਲੇ ਦੀ ਲੋੜ ਸੀ ਉਸ ਟਾਈਮ। ਉਹਨਾਂ ਨੇ ਪੇਸ਼ੈਂਟ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਇਲਾਜ ਕਰਵਾਉਣ ਤੋਂ ਮਨਾ ਕਰਤਾ ਸੀਗਾ, ਅਤੇ ਬੱਚੇ ਫਿਰ ਆਪਣੇ ਕੋਲ ਇੱਥੇ ਹੀ ਸੀਗੇ। ਅਤੇ ਅਸੀਂ ਮਤਲਬ ਬੱਚਿਆਂ ਨੂੰ ਦੇਖ ਰਹੇ ਸੀਗੇ, ਅਤੇ ਉਹ ਕਹਿੰਦੇ ਅਸੀਂ ਇਲਾਜ ਨਹੀਂ ਕਰਵਾਉਣਾ। ਤਕਰੀਬਨ ਰਾਤ ਨੂੰ 8:30 ਵਜੇ ਉਹ ਬੱਚੇ ਲੈ ਕੇ ਗਏ ਨੇ ਹੋਸਪਿਟਲ 'ਚ। ਉਹ ਕਹਿੰਦੇ ਕਿ ਪੇਸ਼ੈਂਟ ਸਾਡਾ ਬਿਮਾਰ ਜ਼ਿਆਦਾ ਹੈਗਾ, ਅਤੇ ਅਸੀਂ ਬੱਚੇ ਇਹਦੀ ਭੂਆ ਮਾਸੀ ਭੂਆ ਕੋਲ ਮਤਲਬ ਭੁੱਚੋਂ ਦੇ ਕੇ ਆਉਣੇ ਆ। ਅਤੇ ਉਸ ਤੋਂ ਬਾਅਦ ਅਸੀਂ ਕਿਹਾ ਤੁਸੀਂ ਸਾਨੂੰ ਸਵੇਰੇ ਦੋਨੋਂ ਬੱਚੇ ਦਿਖਾ ਜਾਣਾ, ਅਤੇ ਉਹਨਾਂ ਨੇ ਕਿਹਾ ਠੀਕ ਹੈ। ਸੋ ਉਹ ਵੈਸੇ ਐਕਚੁਲੀ ਸਾਡੇ ਤੋਂ ਪੁੱਛ ਕੇ ਨਹੀਂ ਗਏ, ਪਹਿਲਾਂ ਹੀ ਚਲੇ ਗਏ ਸੀ। ਅਸੀਂ ਬਾਅਦ 'ਚ ਪੁੱਛਿਆ ਕਿ ਬੱਚੇ ਕਿੱਥੇ ਨੇ ਦੋਨੋਂ, ਤਾਂ ਉਹਨਾਂ ਨੇ ਸਾਨੂੰ ਇਹ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਬੱਚੇ ਦੋਨੋਂ ਪੁੱਛੋ ਲੈ ਗਏ। ਹੁਣ ਪੁਲਿਸ ਨੇ ਇਸ ਕਰਜ਼ੂਗੀ ਨਾਨੀ ਅਤੇ ਮਾਮੇ ਨੂੰ ਹਿਰਾਸਤ ਵਿੱਚ ਲੈ ਲਿਆ, ਜਿਨ੍ਹਾਂ ਤੋਂ ਹੋਰ ਪੁੱਛਗਿੱਛ ਪੁਲਿਸ ਦੀ ਅਗਲੀ ਕਾਰਵਾਈ ਤੈਅ ਕਰੇਗੀ। ਇੱਕ ਪਾਸੇ ਜਿੱਥੇ ਅਸੀਂ ਸਮਾਜ ਵਿੱਚ ਧੀਆਂ ਦਾ ਰੁਤਬਾ ਬਹਾਲ ਕਰਨ ਲਈ ਯਤਨ ਕਰ ਰਹੇ ਹਾਂ, ਦੂਜੇ ਪਾਸੇ ਇਸ ਤਰ੍ਹਾਂ ਦੇ ਸਮਾਜ ਵਿਰੋਧੀ ਅਨਸਰ ਜਿਹੜੇ ਸਮਾਜ ਦੇ ਵਿੱਚ ਹੀ ਛੁਪੇ ਹੋਏ ਨੇ, ਆਪਣੇ ਰਿਸ਼ਤਿਆਂ ਦਾ ਘਾਣ ਕਰਦੇ ਹੋਏ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਨੇ। ਇਸ ਪੂਰੀ ਘਟਨਾ ਦੀ ਗੱਲ ਕਰੀਏ ਤਾਂ ਬੱਚੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ, ਔਰ ਪੁਲਿਸ ਮੌਕੇ 'ਤੇ ਪਹੁੰਚ ਚੁੱਕੀ ਹੈ ਔਰ NDRF ਨੂੰ ਤਲਬ ਕੀਤਾ ਗਿਆ। ਪੂਰੇ ਮਾਮਲੇ ਦੇ ਵਿੱਚ ਦੋਵਾਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਹੋਰ ਜ਼ਿੰਮੇਵਾਰ ਵਿਅਕਤੀਆਂ ਦੀ ਜਿਹੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ, ਕੌਣ ਕੌਣ ਨੇ ਔਰ ਉਹਨਾਂ ਦੇ ਖਿਲਾਫ਼ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਕੈਮਰਾਮੈਨ ਸੁਖਮੰਦਰ ਸਿੰਘ ਅਤੇ ਪ੍ਰਦੀਪ ਰਾਜੂ ਦੇ ਨਾਲ ਧਰਮਚੰਦਰ, ਡੇਲੀ ਪੋਸਟ ਪੰਜਾਬੀ, ਬਠਿੰਡਾ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।